ਜਨਹਿਤੈਸ਼ੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਜਲੀ ਰਾਜਪੂਤ ਸਵਾਗਤ ਕਰਦੀ ਹਾਂ। ਸਰਕਾਰ ਦੇ ਵੱਲੋਂ ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਆਮ ਲੋਕਾਂ ਨੂੰ ਰਾਹਤ ਦੇ ਦਿੱਤੀ ਗਈ, ਤਾਂ ਰਾਹਤ ਕਿਸ ਤਰੀਕੇ ਨਾਲ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਜ਼ਰੂਰ ਹੀ ਦੱਸ ਦਿੰਦੇ ਹਾਂ। ਜਿਹੜੇ LPG ਸਿਲੰਡਰ ਨੇ, LPG ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਹੁਣ ਸਰਕਾਰ ਦੇ ਵੱਲੋਂ ਘਟਾ ਦਿੱਤੀਆਂ ਗਈਆਂ ਨੇ, ਤਾਂ ਇਹ ਵੀ ਤੁਹਾਨੂੰ ਜ਼ਰੂਰ ਹੀ ਦੱਸ ਦਈਏ ਕਿ ਇਹਨਾਂ ਕੀਮਤਾਂ ਦੇ ਵਿੱਚ 92 ਰੁਪਏ ਦਾ ਜਿਹੜਾ 92 ਰੁਪਏ ਕੀਮਤਾਂ ਜਿਹੜੀਆਂ ਨੇ ਘਟਾ ਦਿੱਤੀਆਂ ਗਈਆਂ ਨੇ, ਤਾਂ ਇਹ ਵੀ ਤੁਹਾਨੂੰ ਜ਼ਰੂਰ ਹੀ ਦੱਸ ਦਈਏ ਕਿ ਦਿੱਲੀ ਦੇ ਵਿੱਚ 2028 'ਤੇ ਆ ਗਿਆ ਜਿਹੜਾ ਕਮਰਸ਼ੀਅਲ ਗੈਸ ਸਿਲੰਡਰ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਦਿੱਲੀ ਦੇ ਵਿੱਚ ਫਿਲਹਾਲ ਦੇ ਲਈ 2028 ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ, ਗੱਲ ਕੀਤੀ ਜਾਵੇ ਘਰੇਲੂ ਗੈਸ ਸਿਲੰਡਰ ਦੀ, ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਫਿਲਹਾਲ ਦੇ ਲਈ ਸਰਕਾਰ ਦੇ ਵੱਲੋਂ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ, ਪਰ ਜਿਹੜੇ ਕਮਰਸ਼ੀਅਲ ਗੈਸ ਸਿਲੰਡਰ ਨੇ ਉਹਨਾਂ ਦੀ ਕੀਮਤਾਂ ਦੇ ਵਿੱਚ ਇੱਕ ਵੱਡਾ ਘਾਟਾ ਕੀਤਾ ਗਿਆ। 92 ਰੁਪਏ ਕੀਮਤਾਂ ਜਿਹੜੀਆਂ ਨੇ ਘਟਾ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ 14.2 ਕਿਲੋਗ੍ਰਾਮ ਦੇ ਸਿਲੰਡਰ ਦੇ ਦਾਮ ਪਹਿਲਾਂ ਵਰਗੇ ਹੀ ਨੇ। ਇਸ ਦੇ ਨਾਲ ਹੀ ਇਹ ਵੀ ਤੁਹਾਨੂੰ ਜ਼ਰੂਰ ਹੀ ਦੱਸ ਦਈਏ ਕਿ 1 ਮਾਰਚ ਨੂੰ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਦਾਮ ਵਿੱਚ 350 ਰੁਪਏ ਦਾ ਜਿਹੜਾ ਵਾਧਾ ਕਰ ਦਿੱਤਾ ਗਿਆ ਸੀ, ਅਤੇ ਹੁਣ 14.2 ਵਾਲਾ ਜਿਹੜਾ ਘਰੇਲੂ ਗੈਸ ਸਿਲੰਡਰ ਹੈ ਉਸਦੀ ਕੀਮਤਾਂ ਜਿਹੜੀਆਂ ਨੇ 50 ਰੁਪਏ ਬੀਤੇ ਸਮੇਂ ਦੇ ਵਿੱਚ ਵਧਾਈਆਂ ਗਈਆਂ ਸੀ, ਪਰ ਹੁਣ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਵ ਜਿਹੜਾ ਸਾਹਮਣੇ ਨਹੀਂ ਆਇਆ। ਗੱਲ ਕੀਤੀ ਜਾਵੇ ਕਮਰਸ਼ੀਅਲ ਗੈਸ ਸਿਲੰਡਰ ਦੀ, ਤਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ 92 ਰੁਪਏ ਜਿਹੜੇ ਨੇ ਘਟਾ ਦਿੱਤੇ ਗਏ ਨੇ, ਤਾਂ ਅਪ੍ਰੈਲ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਹੋ ਗਈ ਹੈ। ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਸਰਕਾਰ ਦੇ ਵੱਲੋਂ ਜਿਹੜੀ ਹੈ ਕੁਝ ਰਾਹਤ ਦੇ ਦਿੱਤੀ ਗਈ ਹੈ, ਤਾਂ ਇਹ ਵੀ ਤੁਹਾਨੂੰ ਜ਼ਰੂਰ ਹੀ ਦੱਸ ਦਈਏ ਕਿ ਜੂਨ 2020 ਤੋਂ ਜ਼ਿਆਦਾ ਲੋਕਾਂ ਨੂੰ LPG ਦੇ ਉੱਪਰ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ ਸੀ। ਉਜਵਲਾ ਯੋਜਨਾ ਦੇ ਤਹਿਤ ਹੀ ਜਿਹੜੇ 200 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਜਿਸ ਦਾ ਵੱਡਾ ਖਰਚਾ ਜਿਹੜਾ ਸਰਕਾਰ ਨੂੰ ਝੱਲਣਾ ਪੈ ਰਿਹਾ ਸੀ, ਜਿਹੜਾ ਕਿ 6400 ਕਰੋੜ ਦਾ ਇੱਕ ਵੱਡਾ ਖਰਚਾ ਸੀ ਸਰਕਾਰ ਦੇ ਸਿਰ 'ਤੇ, ਪਰ ਹੁਣ ਜੂਨ 2020 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾ ਰਹੀ ਹੈ। ਦਿੱਲੀ ਦੇ ਵਿੱਚ ਜੂਨ 2020 ਵਿੱਚ ਬਿਨਾਂ ਸਬਸਿਡੀ ਵਾਲਾ ਸਿਲੰਡਰ ਜਿਹੜਾ 593 ਰੁਪਏ ਦਾ ਮਿਲਦਾ ਸੀ, ਤਾਂ ਹੁਣ ਇਸ ਦੀਆਂ ਕੀਮਤਾਂ ਜਿਹੜੀਆਂ ਨੇ 1103 ਰੁਪਏ ਹੋ ਗਈਆਂ ਨੇ। ਅੱਜ ਯਾਨੀ ਕਿ 1 ਅਪ੍ਰੈਲ ਨੂੰ ਗੱਲ ਕੀਤੀ ਜਾਵੇ ਪੈਟਰੋਲ ਅਤੇ ਡੀਜ਼ਲ ਦੀ, ਤਾਂ ਅੱਜ ਯਾਨੀ ਕਿ 1 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ। ਬੀਤੇ 9 ਮਹੀਨਿਆਂ ਤੋਂ ਦਾਮ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਸਥਿਰ ਬਣੇ ਹੋਏ ਨੇ, ਕੋਈ ਵੀ ਬਦਲਾਵ ਪੈਟਰੋਲ ਡੀਜ਼ਲ ਦੀ ਕੀਮਤਾਂ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ। ਗੱਲ ਕੀਤੀ ਜਾਵੇ ਪੈਟਰੋਲ ਦੀ ਕੀਮਤ ਦੀ, ਤਾਂ 96.72 ਰੁਪਏ ਕੀਮਤ ਜਿਹੜੀ ਹੈ ਪੈਟਰੋਲ ਦੀ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ ਦੀ ਕੀਮਤਾਂ ਜਿਹੜੀਆਂ ਨੇ ਲਗਭਗ 90 ਰੁਪਏ ਦੇ ਕੋਲ, 90 ਰੁਪਏ ਪ੍ਰਤੀ ਲੀਟਰ ਦੇ ਕੋਲ ਹੈਗੀਆਂ। ਤਾਂ ਹੁਣ ਜਿਹੜਾ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਰਕਾਰ ਨੇ ਰਾਹਤ ਦੇ ਦਿੱਤੀ ਹੈ ਕਮਰਸ਼ੀਅਲ ਗੈਸ ਸਿਲੰਡਰਸ ਦੇ ਉੱਪਰ, ਜਿਹੜੇ ਕਮਰਸ਼ੀਅਲ ਗੈਸ ਸਿਲੰਡਰ ਨੇ ਵੱਡਾ ਘਾਟਾ ਕਰ ਦਿੱਤਾ ਗਿਆ ਕੀਮਤਾਂ ਦੇ ਵਿੱਚ, 92 ਰੁਪਏ ਕੀਮਤ ਜਿਹੜੀ ਹੈ ਕਮਰਸ਼ੀਅਲ ਗੈਸ ਸਿਲੰਡਰ ਦੀ ਘਟਾ ਦਿੱਤੀ ਗਈ, ਤਾਂ ਜਿਸ ਤੋਂ ਬਾਅਦ 2028 ਰੁਪਏ ਜਿਹੜਾ ਦਿੱਲੀ ਦੇ ਵਿੱਚ ਇੱਕ ਕਮਰਸ਼ੀਅਲ ਗੈਸ ਸਿਲੰਡਰ ਮਿਲਣਗੇ। ਗੱਲ ਕੀਤੀ ਜਾਵੇ ਘਰੇਲੂ ਗੈਸ ਸਿਲੰਡਰ ਦੀ, ਤਾਂ ਫਿਲਹਾਲ ਦੇ ਲਈ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਨੇ ਉਸੇ ਤਰੀਕੇ ਦੇ ਨਾਲ ਹੀ ਦੱਸੀਆਂ ਜਾ ਰਹੀਆਂ ਨੇ, ਕੋਈ ਵੀ ਬਦਲਾਵ ਜਿਹੜਾ ਨਹੀਂ ਕੀਤਾ ਗਿਆ।